ਰਾਸੀ ਤੇ ਅਦਬ ਵਾਲੇ ਲੋਕ ਆ ਅਤੇ ਬੜੀ ਅਜੀਬ ਕੈਫੀਅਤ ਵਿੱਚ ਮੇਰੀ ਰਾਤ ਗੁਜ਼ਰੀ। ਕੁਝ ਦਿਨਾਂ ਤੋਂ ਬਾਅਦ ਗਾਜ਼ੀ ਮੁਮਤਾਜ਼ ਹੁਸੈਨ ਕਾਦਰੀ ਦਾ ਭਾਈ ਮੈਨੂੰ ਜੇਲ੍ਹ ਵਿੱਚ ਮਿਲਣ ਆਇਆ ਤੇ ਉਹਨੇ ਮੈਨੂੰ ਗਾਜ਼ੀ ਸਾਹਿਬ ਦਾ ਸਲਾਮ ਦੇ ਕੇ ਆਖਿਆ, ਮੁਮਤਾਜ਼ ਆਪ ਦਾ ਅਸੀਂ ਕੁਝ ਦਿਨ ਪਹਿਲੇ ਤੁਸੀਂ ਸਾਰੀ ਰਾਤ ਬੜੀ ਪਰੇਸ਼ਾਨੀ ਵਿੱਚ ਗੁਜ਼ਾਰੀ ਤੇ ਮੇਰੀਆਂ ਲੱਤਾਂ ਬਗਦਾਦ ਆ ਹੋ ਗਈਆਂ। ਇਹ ਮੁਮਤਾਜ਼ ਹੁਸੈਨ ਦਾ ਇਹ ਤਸਰਫ ਤੇ ਇਮਾਮੇ ਹੁਸੈਨ ਦਾ ਤਸਰਫ ਕੈਸਾ ਹੈ? ਤੇ ਜੇ ਇਮਾਮੇ ਹੁਸੈਨ ਦਾ ਤਸਰਫ ਆਲਾ ਤੇ ਹੁਸੈਨ ਦੇ ਨਾਨੇ ਦਾ ਤਸਰਫ ਕੈਸਾ? ਮੇਰੇ ਮੁਸਤਫਾ ਕਰੀਮ ਅਲੈਹਿ ਸਲਾਮ ਆਪਣੇ ਗੁਲਾਮ ਤੋਂ ਬੇਖਬਰ ਨਹੀਂ। ਤੁਹਾਡੇ ਨਾਲ ਹੀ ਜ਼ਿਲ੍ਹਾ ਸਾਹਿਬਾਨ ਇੱਕ ਬਹੁਤ ਬੜੀ ਬਜ਼ੁਰਗ ਹਸਤੀ ਗੁਜ਼ਰੇ, ਮੌਲਾਨਾ ਹਜ਼ਰਤ ਅਬਦੁੱਲਾ ਮਨਸੂਰ ਅਹਿਮਦ ਸ਼ਾਹ ਰਹਿਮਤੁੱਲਾਹ ਅਲੈਹ, ਜਾਮਿਆ ਫਰੀਦੀਆ, ਉਹਦੇ ਮੁਤਮਿਮ ਔਰ ਉਹਦੇ ਬਾਨੀ ਆਪ ਨੂੰ ਕਿਤਾਬ ਲਿਖੀ ਮਦੀਨਤੁਲ ਰਸੂਲ, ਉਹਦੇ ਅੰਦਰ ਇੱਕ ਵਾਕਿਆ ਨਕਲ ਕੀਤਾ ਤੇ ਆਪ ਖੁਦ ਉਹਨਾਂ ਦੀ ਆਪ ਬੀਤੀ। ਉਹ ਆਖਦੇ ਮੈਂ ਮਸਜਿਦ ਨਬੀ ਚ ਬੈਠਾ ਤੇ ਮਸਜਿਦ ਨਬੀ ਚ ਰਿਆਜ਼ੇ ਜਨਮ ਵਿੱਚ ਮੈਂ ਨਮਾਜ਼ ਪੜ੍ਹ ਕੇ ਨਿਕਲਿਆ ਨਾ ਤੇ ਮੇਰੇ ਦਿਲ ਚ ਖਿਆਲ ਆਇਆ ਮਦੀਨੇ ਵਿੱਚ ਰਿਆਜ਼ੁਲ ਜੰਨਾ ਇਹ ਜੰਨਤ ਤੇ ਇੱਕ ਜੰਨਤੁਲ ਬਕੀ ਦੋ ਜੰਨਤ, ਵਾਹ ਵਾਹ ਕਮਾਲ ਹੈ। ਲੇਕਿਨ ਦਿਲ ਵਿੱਚ ਨਾਲ ਇਹ ਵੀ ਖਿਆਲ ਆ ਰਿਹਾ ਹੈ ਕਿ ਸਰਕਾਰ ਦੇ ਕਦਮਾਂ ਦੀ ਵਜ੍ਹਾ ਤੋਂ ਰਿਆਜ਼ੁਲ ਜੰਨਾ ਜੰਨਤ ਹੈ, ਸਰਕਾਰ ਦੇ ਕਦਮ ਤੇ ਪੂਰੇ ਮਦੀਨੇ ਚ ਕਈ ਥਾਵਾਂ ਤੇ ਲੱਗੇ, ਬਾਕੀ ਥਾਂ ਜੰਨਤ ਕਿਉਂ ਨਾ ਬਣ ਸਕੇ?